ਅੱਜ ਦੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੈਂ ਥਾਣਾ ਤਲਵੰਡੀ ਭਾਈ ਵਿਖੇ ਅੱਜ ਡਿਊਟੀ ਅਫਸਰ ਸੀ ਤਾਂ ਮੇਰੇ ਪਾਸ ਸੰਦੀਪ ਕੁਮਾਰ ਵਰਮਾ ਨੇ ਆਣ ਕੇ ਦੱਸਿਆ ਕਿ ਸ਼ੱਕੀ ਹਾਲਤ ਵਿੱਚ ਇੱਕ ਟਰੱਕ ਗਾਵਾਂ ਦਾ ਲੱਦਿਆ ਹੋਇਆ। ਜਾਂ ਮੈਂ ਉਹਨੂੰ ਨਾਲ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ 10 ਬਲਦ ਅਤੇ 3 ਗਾਵਾਂ ਮਿਲੀਆਂ। ਸਰ ਕਿਹੜੀ ਸਾਈਡ ਤੋਂ ਆ ਰਹੇ ਸੀ ਸਰ? ਇਹ ਵਾਇਆ ਮੋਦਕੀ ਟੋਲ ਪਲਾਜ਼ਾ ਕੋਟਕੋਟ ਸੀ। ਠੀਕ ਹੈ ਸਰ, ਅਤੇ ਦੋਸ਼ੀਆਂ ਦੇ ਕੀ ਨਾਮ ਸਰ? ਸੈਫ ਅਲੀ ਡਰਾਈਵਰ ਆ ਜੀ, ਅਤੇ ਬਾਗ ਹੁਸੈਨ ਕੰਡਕਟਰ। ਅਤੇ ਸਰ ਕੀ ਇਹਨਾਂ 'ਤੇ ਕਾਰਵਾਈ? ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 13 ਮਿਤੀ ਅੱਜ ਦੀ 14/2/2019 ਦਰਜ ਗਊ ਹੱਤਿਆ ਐਕਟ ਤਹਿਤ ਕੀਤੀ ਗਈ ਹੈ। ਇਨਵੈਸਟੀਗੇਸ਼ਨ ਜਾਰੀ ਹੈ। ਓਕੇ ਸਰ।